ਕੱਲ ਦੜਬਾ ਸਬ ਡਿਵੀਜ਼ਨ ਦੇ ਗੁਜਰਾਂ ਪਿੰਡ ਦੇ ਵਿੱਚ ਇੱਕ ਬਹੁਤ ਮਾੜੀ ਔਰ ਅਨਸੁਖਾਵੀਂ ਘਟਨਾ ਵਾਪਰੀ। ਸਵੇਰੇ ਕੱਲ੍ਹ ਪੁਲਿਸ ਨੂੰ ਇਹ ਇਤਲਾਹ ਮਿਲੀ ਕਿ ਉੱਥੇ ਕਾਫੀ ਲੋਕ ਬਿਮਾਰ ਹੋ ਰਹੇ ਹਨ ਔਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਨੇ। ਇਮੀਡੀਏਟਲੀ ਲੋਕਲ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੀ ਟੀਮਾਂ ਉੱਥੇ ਪਹੁੰਚੀਆਂ। ਉੱਥੇ ਪਹੁੰਚਣ 'ਤੇ ਅਸੀਂ ਦੇਖਿਆ ਕਿ ਸਾਰੇ ਕਾਫੀ ਲੋਕ ਬਿਮਾਰ ਸੀਗੇ ਔਰ ਉਹ ਤੜਫ ਰਹੇ ਸੀ। ਉਹਨਾਂ ਨੂੰ ਇਮੀਡੀਏਟਲੀ ਹੋਸਪਿਟਲ ਸ਼ਿਫਟ ਕੀਤਾ ਗਿਆ। ਦੁਰਭਾਗਵਸ਼ 8 ਲੋਕਾਂ ਦੀ ਮ੍ਰਿਤਿਉ ਹੋ ਗਈ ਔਰ 12 ਵਿਅਕਤੀ ਜਿਹੜੇ ਬਿਮਾਰ ਸੀਗੇ ਉਹਨਾਂ ਨੂੰ ਉਪਚਾਰ ਲਈ ਹੋਸਪਿਟਲਸ ਦੇ ਵਿੱਚ ਭਰਤੀ ਕਰਾਇਆ ਗਿਆ। ਜਿਹੜੀ ਮੁੱਢਲੀ ਸਾਡੀ ਇਨਵੈਸਟੀਗੇਸ਼ਨ ਸੀ ਉਸ ਤੋਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਨੇ ਕੋਈ ਸ਼ਰਾਬ ਪੀਤੀ ਸੀ ਜਿਹਦੇ ਕਰਕੇ ਇਹ ਇਫੈਕਟਸ ਇਹਨਾਂ ਦੇ ਸਰੀਰ ਦੇ ਉੱਤੇ ਆਏ। ਇਮੀਡੀਏਟਲੀ ਲੋਕਲ ਪ੍ਰਸ਼ਾਸਨ ਔਰ ਪੁਲਿਸ ਨੇ FIR ਦਰਜ ਕਰਕੇ ਔਰ ਇਸ ਦੀ ਤਫਤੀਸ਼ ਸ਼ੁਰੂ ਕੀਤੀ। ਉੱਥੇ ਹੀ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਇੱਕ ਮੈਜਿਸਟਰੀਅਲ ਇਨਕੁਆਇਰੀ ਦਾ ਆਰਡਰ ਕੀਤਾ ਗਿਆ, ਜੋ SDM ਦਿੜਬਾ ਇਸ ਦੀ ਅਗਵਾਈ ਕਰ ਰਹੇ ਨੇ ਔਰ ਇਸ ਦੀ ਰਿਪੋਰਟ ਬਹੁਤ ਛੇਤੀ ਸਾਨੂੰ ਸੌਂਪਣਗੇ। ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ, ਇਮੀਡੀਏਟਲੀ ਇਹਦੇ ਕਾਰਵਾਈ ਕਰਦਿਆਂ ਜਿਹੜੇ 4 ਮੁਲਜ਼ਮ ਸੀਗੇ ਇਹ ਇਲਿਸਿਟ ਔਰ ਸਪੂਰੀਅਸ ਲਿਕਰ ਵੇਚਣ ਵਾਲੇ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਨਾਂ ਹੈਗੇ ਸੁਖਵਿੰਦਰ ਐਲੀਅਸ ਸੁਖੀ ਔਫ ਵਿਲੇਜ ਗੁਜਰਾਂ, ਮਨਪ੍ਰੀਤ ਐਲੀਅਸ ਮਨੀ ਵਿਲੇਜ ਗੁਜਰਾਂ, ਗੁਲਰਾਲ ਸਿੰਘ ਸਨ ਆਫ ਮੇਵਾ ਸਿੰਘ ਵਿਲੇਜ ਉਬੇਵਾਲ, ਐਂਡ ਹਰਮਨਪ੍ਰੀਤ ਸਿੰਘ ਸਨ ਆਫ ਕੁਲਦੀਪ ਸਿੰਘ ਵਿਲੇਜ ਤਾਏਪੁਰ, ਪੁਲਿਸ ਸਟੇਸ਼ਨ ਪਾਤਰਾ। ਇਹ ਜਿਹੜਾ ਚੌਥਾ ਸਾਡਾ ਐਕਿਊਜ਼ਡ ਹੈ ਹਰਮਨਪ੍ਰੀਤ ਸਿੰਘ, ਜਦੋਂ ਇਸਦੇ ਘਰ ਦੇ ਵਿੱਚ ਰੇਡ ਕੀਤੀ ਅਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ, ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾਂ, ਖਾਲੀ ਬੋਤਲਾਂ, ਢੱਕਣ ਔਰ ਸ਼ਰਾਬ ਦੇ ਵੱਖ ਵੱਖ ਕਿਸਮ ਦੇ ਲੇਬਲਸ ਉੱਥੋਂ ਮਿਲੇ। ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੈਸਿਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ, ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ। ਇੱਕ ਚੰਗੀ ਗੱਲ ਥੋੜ੍ਹੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇਹ ਸ਼ਾਇਦ ਪਹਿਲੀ ਜਾਂ ਦੂਸਰੀ ਕੰਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ। ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਉਂਦਾ ਸੀਗਾ, ਕਿੱਥੋਂ ਇਹਦੀ ਸਪਲਾਈ ਹੁੰਦੀ ਸੀ, ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਨਿਗਾਹ ਬਣਾ ਕੇ ਰੱਖੀ ਹੋਈ ਹੈ ਔਰ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ। ਪੁਲਿਸ ਦੀ ਇਹ ਟੀਮਾਂ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵੇਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਉਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ। ਐਜ਼ ਅ ਪ੍ਰੀਵੈਂਟਿਵ ਮੈਜਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਵੱਲੋਂ ਜਿਹੜੇ ਆਲੇ ਦੁਆਲੇ ਦੇ 20-25 ਪਿੰਡ ਹੈਗੇ ਆ ਉਹਨਾਂ ਦੇ ਵਿੱਚ ਅਨਾਊਂਸਮੈਂਟਸ ਵੀ ਕਰਾਏ ਗਏ ਔਰ ਉੱਥੇ ਐਂਬੂਲੈਂਸ ਨੂੰ ਰੱਖਿਆ ਗਿਆ ਤਾਂ ਕਿ ਜੇ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਕਿਸੇ ਨੂੰ ਬਿਮਾਰੀ ਦੇ ਲੱਛਣ ਆਉਂਦੇ ਆ ਤਾਂ ਉਹਨੂੰ ਇਮੀਡੀਏਟਲੀ ਉਹਦਾ ਇਲਾਜ ਕਰਾਇਆ ਜਾ ਸਕੇ। ਸੋ ਪੁਲਿਸ ਔਰ ਐਡਮਿਨਿਸਟ੍ਰੇਸ਼ਨ ਲਗਾਤਾਰ ਇਸ 'ਤੇ ਨਿਗਾਹ ਬਣਾ ਕੇ ਰੱਖੀ ਹੋਈ ਹੈ ਅਸੀਂ ਔਰ ਇਹ ਜਿਵੇਂ 4 ਅਸੀਂ ਜਿਹੜੇ ਬੰਦੇ ਫੜੇ ਆ ਇਹਨਾਂ ਦਾ ਸਾਰਿਆਂ ਦਾ ਕ੍ਰਿਮੀਨਲ ਪਿਛੋਕੜ ਹੈ। ਇਹਨਾਂ ਸਾਰਿਆਂ ਦੇ ਖਿਲਾਫ਼ ਪਹਿਲਾਂ 2 ਤੋਂ 3 ਤੋਂ ਵੱਧ ਪਰਚੇ ਦਰਜ ਨੇ, ਦੇ ਆਰ ਕ੍ਰਿਮੀਨਲਸ ਔਰ ਇਹਨਾਂ 'ਚੋਂ ਇੱਕ ਜਿਹੜਾ ਮਨਪ੍ਰੀਤ ਮਾਨੀ ਸੀ ਇਹਦੇ ਖਿਲਾਫ਼ ਵੀ ਇਹ ਇਨਫੋਰਮੇਸ਼ਨ ਮਿਲੀ ਸੀ ਜਨਵਰੀ ਦੇ ਮਹੀਨੇ 'ਚ ਕਿ ਇਹ ਸ਼ਰਾਬ ਲਿਆ ਕੇ ਬਾਹਰੋਂ ਵੇਚਦਾ ਹੈ ਔਰ ਇਸਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ, ਇਹਨੂੰ ਅਰੈਸਟ ਕੀਤਾ ਗਿਆ ਸੀ ਜਿਹੜਾ ਅਜੇ ਜ਼ੇਰ ਸਮਾਇਤ ਹੈ। ਕਿਹੜੀ ਧਾਰਾ ਤੇ ਇਸ ਪਰਚਾ ਦਰਜ ਕੀਤਾ ਜੀ? ਧਾਰਾ ਕਿਹੜੀ ਲਗਾਈ ਸਰ? ਇਹਦੇ ਐਕਸਾਈਜ਼ ਐਕਟ 61 ਐਕਸਾਈਜ਼ ਐਕਟ ਪੁਲਿਸ ਸਟੇਸ਼ਨ ਦੜਬਾ 302 ਕਹਿ ਰਹੀ ਸੀ ਕੱਲ ਦੋ 300 ਨਹੀਂ ਉਹ ਤਾਂ ਨਵਾਂ ਜਿਹੜਾ ਹੁਣ ਪਰਚਾ ਦਰਜ ਹੋਇਆ ਉਹ 302 ਦੇ ਅਧੀਨ
ਹਾਂਜੀ ਨਹੀਂ ਇਹ ਤਾਂ ਪੁਰਾਣਾ ਮੈਂ ਪਿਛੋਕੜ ਦੱਸ ਰਿਹਾ ਉਹਨਾਂ ਦਾ ਹੁਣ ਜਿਹੜਾ ਕੁਐਸਚਨ ਆ ਸਰ ਕੁਆਂਟੀਟੀ ਦੱਸ ਦਿਓ ਕਿੰਨਾ ਐਥਨੋਲ ਮਿਲਿਆ ਤੇ ਕਿੰਨੇ ਬੋਟਲ ਇਹਨਾਂ ਇਹਨਾਂ ਕੋਲੋਂ ਜਿਹੜੀ ਟੋਟਲ ਚੀਜ਼ਾਂ ਮਿਲੀਆਂ 200 ਲੀਟਰ ਐਥਨੋਲ ਮਿਲਿਆ ਹੈ ਐਲਕੋਹਲ ਬੋਟਲਸ 156 ਮਿਲੀਆਂ ਨੇ ਓਪਨ ਬੋਟਲਸ ਕੰਟੇਨਿੰਗ ਸਪੂਰੀਅਸ ਲਿਕਰ ਵਿਦਆਊਟ ਲੈਵਲਿੰਗ 80 ਬੋਤਲਾਂ ਮਿਲੀਆਂ ਨੇ ਜਿਹੜੀ ਭਰੀਆਂ ਸੀਗੀਆਂ ਹਾਲੇ ਲੈਵਲ ਕਰਨੀਆਂ ਸੀ ਸਪੂਰੀਅਸ ਲਿਵਰ ਵਿਦ ਲੈਵਲਿੰਗ 130 ਬੋਤਲਾਂ ਮਿਲੀਆਂ ਨੇ ਖਾਲੀ ਬੋਤਲਾਂ 4500 ਬੋਟਲ ਕੈਪਸ 4600 ਕੇਨ ਕੰਟੇਨਿੰਗ ਫਲੇਵਰ ਐਂਡ ਮੋਲਾਸਿਸ 10 ਲੀਟਰਸ ਕੇਨ ਕੰਟੇਨਿੰਗ ਕਲਰ 25 ਲੀਟਰਸ ਬੋਟਲਿੰਗ ਮਸ਼ੀਨ 1 ਐਲਕੋਮੀਟਰ 8 ਲੈਪਟੋਪ 1 ਪ੍ਰਿੰਟਰ 1 ਪੈਕਟ ਆਫ ਪਲੇਨ ਪੇਪਰ 1 ਵਾਇਲਸ ਆਫ ਬਲੈਕ ਕਲਰ ਫੋਰ ਕਲਰਿੰਗ ਕੈਪਸ ਆਫ ਦਾ ਬੋਟਲਸ 4 print out and stickers of machine with spurious alcohol bottles one car honda amaze number pb11ct4300 tubs buckets cardboards and boxes ye sariya cheeza police ne recover kiti hai aur edi aage di taftish jari hai thank you thank you sab koi number bhi